विचाले वड्डी तकरार शुरू। सूबे च एस्मा लगन तो बाद यूनियन ने कर दिता वड्डा ऐलान। सशेकार तुसी जुड़ चुके चक दे टीवी दे नाल ते मैं हां थोना रिंपी। दस दिए पंजाब सरकार ते मुलाजमां विचाले खड़क शुरू हो गई है। मुख्यमंत्री वालों सूबे दे विच एस्मा लगान तो बाद यूनियन ने वड्डा ऐलान कर दिता है। पटवारी यूनियन दे पंजाब प्रधान रवि सिंह ने कहा है कि वह मुख्यमंत्री भगवंत मान सिंह दीआं धमकियों तो डरन वाले नहीं ने, क्योंकि वह पंजाब दे पटवारियों ते नौजवानों दे हक लई खड़े होए ने। उन्होंने कहा है कि मुख्यमंत्री भगवंत मान सूबे दे विच खाली पईआं 3000 पटवारी दीआं असामियां नूं भरन। ਉੱਥੇ ਹਰਵੀਰ ਸਿੰਘ ਢਿੰਸਾ ਨੇ ਕਿਹਾ ਕਿ ਅੱਜ 3000 ਅਸਾਮੀਆਂ ਖਾਲੀ ਹੋਣ ਕਰਕੇ ਪਟਵਾਰੀਆਂ ਨੂੰ ਵਾਧੂ ਕੰਮ ਕਰਨਾ ਪੈ ਰਿਹਾ ਨੇ। ਪਟਵਾਰੀ ਸਿਰਫ 150 ਰੁਪਏ ਦੀ ਦਿਹਾੜੀ ਤੇ 5000 ਰੁਪਏ ਪ੍ਰਤੀ ਮਹੀਨਾ ਦੇ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੁਲਾਈ 2022 ਦੇ ਵਿੱਚ ਪਟਵਾਰੀਆਂ ਨੂੰ ਪੂਰੀ ਤਨਖਾਹ ਪੁਰਾਣੀ ਪੈਨਸ਼ਨ ਸਕੀਮ ਦੇ 1 ਸਾਲ ਦੀ ਸਿਖਲਾਈ ਦੌਰਾਨ ਤਨਖਾਹ ਦੇਣ ਦਾ ਐਲਾਨ ਕੀਤਾ ਸੀ, ਜੋ 1 ਸਾਲ ਬੀਤਣ ਤੋਂ ਬਾਅਦ ਵੀ ਪੂਰਾ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਯੂਨੀਅਨ ਵੱਲੋਂ 1 ਸਤੰਬਰ ਤੋਂ ਕਲਮ ਛੋੜੋ ਹੜਤਾਲ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਮਾਲ ਅਫਸਰਾਂ ਤੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਕਲਮ ਛੋੜੋ ਹੜਤਾਲ ਦੇ ਸੱਦੇ ਤੋਂ ਬਾਅਦ ਪੰਜਾਬ ਸਰਕਾਰ ਵਿਚਾਲੇ 31 ਅਕਤੂਬਰ ਤੱਕ ਅਸਾਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਜੋ ਵੀ ਇਸ ਐਕਟ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਹੀ ਹੋਰ ਖ਼ਬਰਾਂ ਲਈ ਜੁੜੇ ਰਹੋ ਚੱਕਦੇ ਟੀਵੀ ਦੇ ਨਾਲ।